धन गुरु गोबिंद सिंह महाराज ने आनंदपुर साहब की धरती तो होला महला की रीत शुरू की। एक त्यौहार जिहड़ा सिखां नूं दित्ता, इसके पिछे सतगुरां की मनशा की सी? मनशा सी सिखां नूं शरीरक तौर पर तैयार बर तैयार करना, मानसिक तौर पर भी तैयार बर तैयार करना। होला महला चढ़ती कला का प्रतीक है। जिहड़ा होले महल्ले च हिस्सा रहेगा है वो रोंदू जिहा बनिया थोड़ा रह सकता। होली कीनी संत सेवा, सत संगत करनी, संगत की सेवा करनी ही सिख दे वास्ते होली, होर कुछ नहीं। गुरु साहब ने समय समय से शस्त्र विद्या को महानता दी ताकि जिहड़े सिख है वह मैदान जंग में जूझ सकन। अज के समय के इसकी किन्नी कु जरूरत है? स्वै रख्या तो हर एक तैयार बर तैयार रहना चाहिए। राजनीतिक लीडर के वालों जोड़े है वो राजनीतिक जलसे भी किए जाते हैं, राजनीतिक जड़िया सभावान भी लगाई जाए, स्टेजा लगे जाए, वो कितनी कु जायज़ ने योजे मौकों के उपर स्टेजा लगा? पूरी जायज़ मुकम्मल रूप से जायज़। जो असं कहते हैं कि सिख न संत सिपाही बनाया, सिपाही का मनोरथ की है? स्टेजा लगनिया चाहिए पर जो चिक्कड़ सुटिया जाता एक दूजे के उपर ग्रेज करना चाहिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਸਿੰਘ ਪ੍ਰੋਗਰਾਮ ਬਾਬਾਣੀਆਂ ਕਹਾਣੀਆਂ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਪਿਆਰ ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਇਤਿਹਾਸ ਦੇ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ। ਅੱਜ ਅਸੀਂ ਗੱਲ ਕਰਾਂਗੇ ਹੋਲੇ ਮਹੱਲੇ ਦੀ ਕੀ ਮਹਾਨਤਾ ਹੈ। ਅਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ, ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਥਾ ਦੀਆਂ ਸੇਵਾਵਾਂ ਨਿਭਾਉਂਦੇ ਨੇ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹੋਲਾ ਮਹੱਲਾ ਹਰ ਸਾਲ ਸਿੱਖ ਸੰਗਤ ਦੇ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾ ਸਵਾਲ ਇਹ ਹੈ, ਹੋਲੇ ਮਹੱਲੇ ਦਾ ਕੀ ਅਰਥ ਹੈ? ਮਹੱਲਾ ਸ਼ਬਦ ਦਾ ਅਰਥ ਲਿਆ ਗਿਆ ਹੈ ਵਿਦਵਾਨਾਂ ਵੱਲੋਂ ਜਾਏ ਹਮਲਾ, ਜਾ ਕੇ ਕਿਸੇ ਜਗ੍ਹਾ 'ਤੇ ਹਮਲਾ ਕਰਨਾ ਜੀ। ਹਾਂਜੀ, ਜਦੋਂ ਹੋਲਾ ਮਹੱਲਾ ਦੋ ਸ਼ਬਦਾਂ ਨੂੰ ਜੋੜਿਆ ਜਾਂਦਾ ਹੈ ਤਾਂ ਉਸਦਾ ਭਾਵ ਇਹ ਲਿਆ ਜਾਂਦਾ ਹੈ ਇੱਕ ਪ੍ਰਕਾਰ ਦਾ ਮਸਨੂਈ ਯੁੱਧ ਜੀ। ਮਸਨੂਈ ਤੋਂ ਭਾਵ ਹੈ ਜਿਹਨੂੰ ਬਨਾਵਟੀ ਅਸੀਂ ਕਹਿ ਲੈਂਦੇ ਹਾਂ, ਫਰਜ਼ੀ ਕਹਿ ਲੈਂਦੇ ਹਾਂ, ਇਸ ਪ੍ਰਕਾਰ ਦਾ ਕਰਨਾ। ਔਰ ਸਤਿਗੁਰੂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਇਹ ਦਿਨ ਜਿਹੜਾ ਸੀ ਮਨਾਉਣਾ ਇਹ ਸ਼ੁਰੂ ਕੀਤਾ ਸੀ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਜਿਹੜਾ ਦਿਨ ਸੀ ਕਦੋਂ ਤੋਂ ਮਨਾਉਣਾ ਸ਼ੁਰੂ ਕੀਤਾ ਸੀ? ਇਹ ਇਵੇਂ ਹੀ ਸਾਨੂੰ ਢੋਹ ਮਿਲਦੀ ਹੈ ਕਿ ਖਾਲਸੇ ਦੀ ਸਾਜਨਾ ਤੋਂ ਬਾਅਦ ਜੀ, ਅਗਲੇ ਸਾਲ ਖਾਲਸੇ ਦੀ ਸਾਜਨਾ ਹੋਈ 1699 ਆਪਾਂ ਕਹਿ ਲਈਏ ਜੀ, ਅੰਗਰੇਜ਼ੀ ਸਾਲ ਦੇ ਲਿਹਾਜ਼ਾ 1700 ਦੇ ਵਿੱਚ। ਇਹ ਜਿਹੜਾ ਚੇਤਰ ਦਾ ਮਹੀਨਾ ਸੀ ਜੀ, ਇਸ ਚੇਤਰ ਦੇ ਮਹੀਨੇ ਵਿੱਚ ਸ਼ੁਰੂ ਹੋਇਆ। ਉਦੋਂ ਚੇਤ ਦੀ ਵਧੀ ਪਹਿਲਾਂ ਸੀ ਅਤੇ ਸ਼ਾਇਦ ਪਹਿਲੀ ਚੇਤ ਵੀ ਸੀ ਹੈ, ਉਸ ਦੇਸੀ ਸੂਰਜੀ ਕੈਲੰਡਰ ਅਤੇ ਚੰਦਰ ਕੈਲੰਡਰ ਆਇਆ ਸੀ ਜੀ। ਜਿਹੜਾ ਹੋਲਾ ਮਹੱਲਾ ਹੈ, ਇਸਦਾ ਹੋਲੀ ਦੇ ਤਿਉਹਾਰ ਦੇ ਨਾਲ ਕੋਈ ਸੰਬੰਧ ਹੈ? ਨਿਸੰਦੇਹ ਇਹ ਗੱਲ ਨਾ, ਜਦੋਂ ਅਸੀਂ ਸੁਧੀ ਵਧੀ ਦੀ ਗੱਲ ਕਰਾਂਗੇ ਜੀ, ਤਾਂ ਕਿਉਂਕਿ ਚੇਤਰ ਵਧੀ ਪਹਿਲੀ ਨੂੰ ਇਹ ਹੋਲਾ ਸ਼ੁਰੂ ਹੋਇਆ ਅਤੇ ਵਧੀ ਹੁੰਦੀ ਹੈ ਜਦੋਂ ਚੇਤਰ ਸੁਧੀ ਲੰਘਦੀ ਹੈ, ਪੂਰਨਮਾਸ਼ੀ ਲੰਘਦੀ ਹੈ, ਤਾਂ ਪੂਰਨਮਾਸ਼ੀ ਤੱਕ ਹੋਲੀਆਂ ਹੁੰਦੀਆਂ। ਮੇਰਾ ਭਾਵ ਸਮਝ ਗਿਆ ਨਾ, ਪੂਰਨਮਾਸ਼ੀ ਤੱਕ ਹੋਲੀਆਂ ਹੋਈਆਂ ਅਤੇ ਅਗਲੇ ਦਿਨ ਜਿਹੜਾ ਹੈ ਇਹ ਹੋਲਾ ਹੋਇਆ। ਤਾਂ ਚੇਤ, ਜੇ ਚੇਤ ਵਧੀ ਪਹਿਲੀ ਦੀ ਅਸੀਂ ਗੱਲ ਲੈ ਕੇ ਚੱਲੀਏ ਤਾਂ ਕੁਝ ਸੱਜਣ ਜਿਹੜੇ ਨੇ ਉਹ ਇਉਂ ਸੋਚ ਰਹੇ ਨੇ, ਦਰਅਸਲ ਹੋਲੀਆਂ ਦੇ ਨਾਲ ਇਹਨੂੰ ਅਟੈਚ ਕਰਕੇ ਸਾਨੂੰ ਨਹੀਂ ਚੱਲਣਾ ਚਾਹੀਦਾ ਜੀ। ਹਾਂਜੀ, ਸਤਿਗੁਰੂ ਮਹਾਰਾਜ ਨੇ ਇੱਕ ਤਰ੍ਹਾਂ ਦਾ ਸਾਨੂੰ ਇਹ ਦਿਹਾੜਾ ਦਿੱਤਾ ਜਿਸ ਦਾ ਆਪਣਾ ਹੀ ਸੁਤੰਤਰ ਇੱਕ ਰੂਪ ਹੈ ਅਤੇ ਸਾਨੂੰ ਉਸ ਰੂਪ ਨੂੰ ਸੁਤੰਤਰ ਲੈ ਕੇ ਹੁਣ ਚੱਲਣਾ ਚਾਹੀਦਾ। ਵਧੀ ਦੇ ਚੱਕਰ 'ਚ ਨਾ ਪਈਏ ਅਸੀਂ, ਅਸੀਂ ਪਹਿਲੀ ਚੇਤਰ ਨੂੰ ਲੈ ਕੇ ਹਾਂਜੀ, ਜਾਂ ਜੋ ਵੀ ਦਿਹਾੜਾ ਸੀ ਅਸੀਂ ਉਸ ਨੂੰ ਲੈ ਕੇ ਚੱਲੀਏ। ਪਰ ਇਹ ਅਜੇ ਤੱਕ ਨਾ ਵਿਚਾਰ ਅਧੀਨ ਆ, ਗੱਲ ਚੱਲ ਨਹੀਂ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹੋਲਾ ਮਹੱਲਾ ਦੀ ਰੀਤ ਸ਼ੁਰੂ ਕੀਤੀ ਜੀ, ਇਹ ਤਿਉਹਾਰ ਜਿਹੜਾ ਸਿੱਖਾਂ ਨੂੰ ਦਿੱਤਾ, ਇਸ ਦੇ ਪਿੱਛੇ ਸਤਿਗੁਰਾਂ ਦੀ ਮਨਸ਼ਾ ਕੀ ਸੀ? ਮਨਸ਼ਾ ਸੀ ਸਿੱਖਾਂ ਨੂੰ ਸਰੀਰਕ ਤੌਰ 'ਤੇ ਤਿਆਰ ਬਰ ਤਿਆਰ ਕਰਨਾ, ਮਾਨਸਿਕ ਤੌਰ 'ਤੇ ਵੀ ਤਿਆਰ ਬਰ ਤਿਆਰ ਕਰਨਾ। ਉਹ ਸਮਝ ਰਹੇ ਸਨ ਕਿ ਸਿੱਖਾਂ ਨੂੰ ਤਨ ਕਰਕੇ ਵੀ ਮਨ ਕਰਕੇ ਵੀ ਹਾਲਾਤ ਦਾ ਸਾਹਮਣਾ ਕਰਨ ਵਾਸਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਪਰ ਜਿਵੇਂ ਆਪਾਂ
ਹੁਣੇ ਹੀ ਗੱਲ ਵਿਚਾਰੀ ਹੈ, ਅਸਲ ਵਿੱਚ ਇੱਕ ਦੂਸਰੇ ਦੇ ਉੱਪਰ ਅਟੈਕ ਕਰਨਾ, ਦੋ ਜਥੇ ਬਣਾ ਕੇ, ਹਾਂਜੀ, ਇੱਕ ਜਥਾ ਅਟੈਕ ਕਰਦਾ, ਦੂਜਾ ਜਥਾ ਅਟੈਕ ਕਰਦਾ ਹੈ, ਉਹ ਸਾਰੇ ਕੋਈ ਪੇਡ ਤਾਂ ਤਨਖਾਹਦਾਰ ਤਾਂ ਹੁੰਦੇ ਨਹੀਂ ਸਨ ਜੀ ਜੀ ਸਿਪਾਹੀ, ਹਾਂਜੀ ਜੀ, ਸਧਾਰਨ ਗੁਰੂ ਕੇ ਸਿੱਖ ਸਨ, ਗੁਰੂ ਕੇ ਸਧਾਰਨ ਸਿੱਖ ਸਨ, ਜਿਹਨਾਂ ਨੂੰ ਹਥਿਆਰ ਬੰਦ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ। ਹੁਣ ਹਥਿਆਰ ਜਿਹੜੇ ਨੇ ਨਾ, ਇਹ ਕੇਵਲ ਗਾਤਰੇ ਪਾ ਲੈਣੇ ਹੀ ਇਨਫ ਨਹੀਂ ਹੈ ਜੀ, ਹਥਿਆਰਾਂ ਦਾ ਅਭਿਆਸ ਵੀ ਹੋਵੇ ਨਾ, ਸ਼ਸਤਰ ਅਭਿਆਸ ਵੀ ਹੋਵੇ ਜੀ ਜੀ। ਅਤੇ ਇਸ ਲਈ ਮਹਾਰਾਜ ਨੇ, ਜੇ ਹੁਣ ਅਸੀਂ ਦਿਹਾੜਾ ਮਨਾਉਣਾ ਹੈ, ਉਸ ਦੇ ਲਈ ਅਸੀਂ ਤਿਆਰੀ ਕਰਨੀ ਹੈ ਵੀ ਸ਼ਸਤਰ ਅਭਿਆਸ ਸਾਡਾ ਨਿਸ਼ਚੈ ਹੀ ਹੋਏਗਾ, ਜਿਸ ਦੇ ਨਾਲ ਸਾਡਾ ਤਨ ਵੀ ਮਜ਼ਬੂਤ ਹੋਵੇਗਾ, ਸਾਡਾ ਮਨ ਕਰਕੇ ਵੀ ਅਸੀਂ ਤਿਆਰ ਹੋਵਾਂਗੇ ਜੀ। ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਹੈ ਸ਼ਸਤਰ ਵਿੱਦਿਆ ਦੀ ਕਿੰਨੀ ਕੁ ਜ਼ਰੂਰਤ ਹੈ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ, ਕਿਉਂਕਿ ਸੰਤ ਸਫਾਈ ਦਾ ਸਿਧਾਂਤ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ। ਜਿਹੜੀ ਸ਼ਸਤਰ ਵਿੱਦਿਆ ਦੀ ਆਪਾਂ ਗੱਲ ਕਰ ਰਹੇ ਹਾਂ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬ ਦੋ ਦਲਾਂ ਦੇ ਵਿੱਚ ਆਪਸੀ ਇੱਕ ਯੁੱਧ ਕਰਾਉਂਦੇ ਸਨ, ਉਹਨਾਂ ਨੂੰ ਬਾਅਦ ਸਨਮਾਨਿਤ ਵੀ ਕਰਦੇ ਸਨ, ਅਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਗੁਰੂ ਸਾਹਿਬ ਨੇ ਸਮੇਂ ਸਮੇਂ 'ਤੇ ਸ਼ਸਤਰ ਵਿੱਦਿਆ ਨੂੰ ਮਹਾਨਤਾ ਦਿੱਤੀ, ਤਾਂ ਕਿ ਜਿਹੜੇ ਸਿੱਖ ਹੈ ਉਹ ਮੈਦਾਨ ਦੇ ਜੰਗ ਵਿੱਚ ਜੂਝ ਸਕਣ। ਅੱਜ ਦੇ ਸਮੇਂ ਦੇ ਵਿੱਚ ਇਸ ਦੀ ਕਿੰਨੀ ਕੁ ਜ਼ਰੂਰਤ ਹੈ? ਦੇਖੋ, ਗੱਲ ਇਹ ਹੈ ਕਿ ਸਵੈ ਰੱਖਿਆ ਲਈ ਜੀ ਤਾਂ ਹਰ ਇੱਕ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ, ਹਾਂਜੀ, ਨੰਬਰ ਇੱਕ। ਨੰਬਰ ਦੋ, ਜਿਹੜੀ ਗੱਲ ਅਸੀਂ ਅੱਜ ਦੇ ਕੰਸੈਪਟ ਦੀ ਕਰਾਂਗੇ ਵੀ ਅੱਜ ਦੇ ਕੰਸੈਪਟ 'ਚ ਕਿੰਨੀ ਜ਼ਰੂਰਤ ਹੈ, ਮੈਂ ਕਹਿੰਦਾ ਪਹਿਲਾਂ ਨਾਲੋਂ ਵੀ ਸਗੋਂ ਹੁਣ ਜ਼ਿਆਦਾ ਜ਼ਰੂਰਤ ਹੈ ਇਸ ਲਈ। ਜਦੋਂ ਅਸੀਂ ਆਸੇ ਪਾਸੇ ਸ਼ਿਕਾਇਤਾਂ ਸੁਣਦੇ ਹਾਂ ਵੀ ਸਾਡੀ ਜਵਾਨੀ ਜਿਹੜੀ ਹੈ ਉਹ ਨਸ਼ਿਆਂ ਦੀ ਸ਼ਿਕਾਰ ਹੋ ਗਈ ਹੈ, ਦਲਦਲ 'ਚੋਂ ਕਿਵੇਂ ਕੱਢਿਆ ਜਾ ਸਕਦਾ, ਹਾਂਜੀ, ਉਹਨਾਂ ਨੂੰ ਕੋਈ ਮਾਟੋ ਦੇ ਕੇ, ਉਹਨਾਂ ਨੂੰ ਕੋਈ ਸਲੋਗਨ ਦੇ ਕੇ ਕੱਢਿਆ ਜਾ ਸਕਦਾ ਜੀ। ਜਿਸ ਵੇਲੇ ਉਹਨਾਂ ਦਾ ਧਿਆਨ ਹੋਵੇਗਾ ਕਿ ਨਸ਼ਿਆਂ ਦੇ ਨਾਲ ਸਾਡਾ ਸਰੀਰ ਜ਼ਰਜ਼ਰਾ ਹੁੰਦਾ ਹੈ, ਜੇ ਅਸੀਂ ਸਰੀਰ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਸਾਨੂੰ ਕਸਰਤ ਕਰਨੀ ਚਾਹੀਦੀ, ਅਭਿਆਸ ਕਰਨਾ ਚਾਹੀਦਾ ਇਤਿਆਦਿ। ਮੈਂ ਤਾਂ ਲਾਸਟ ਟਾਈਮ ਵੀ ਜਦੋਂ ਹੋਲੇ ਮਹੱਲੇ 'ਤੇ ਅਨੰਦਪੁਰ ਸਾਹਿਬ ਸਾਂ, ਅਤੇ ਮੈਂ ਸਮੁੱਚੇ ਰੂਪ ਵਿੱਚ ਆਖਿਆ ਸੀ ਜੀ, ਖਾਸ ਤੌਰ 'ਤੇ ਬਾਬਾ ਬਲਵੀਰ ਸਿੰਘ ਹੋਣੀ ਜਿਹੜੇ ਨਿਹੰਗ ਸਿੰਘਾਂ ਦੇ ਇਸ ਵੇਲੇ ਮੁਖੀ ਨੇ, ਹਾਂਜੀ, ਉਹਨਾਂ ਦੇ ਨਾਲ ਹੀ ਬਲਕਿ ਸਾਰੇ ਜਿਹੜੇ ਜਥੇ ਨੇ ਤਰਨਾ ਦਲ ਅਤੇ ਹੋਰ ਸਾਰੇ ਸਹਿਯੋਗੀ ਨੇ, ਮੈਂ ਉਹਨਾਂ ਨੂੰ ਕਿਹਾ ਸੀ ਸਾਨੂੰ ਚਾਹੀਦਾ ਹੈ ਕਿ ਪਿੰਡ ਪਿੰਡ ਪਹੁੰਚ ਕੇ ਨਾ ਹੁਣ ਅਖਾੜੇ ਲਾਏ ਜਾਣ, ਜਿਹੜੇ ਨੌਜਵਾਨ ਨੇ ਸਾਡੇ ਜਿਹਨਾਂ ਦੇ ਬਾਬਤ ਅਸੀਂ ਗਿਲੇ ਕਰਦੇ ਹਾਂ, ਸ਼ਿਕਾਇਤ ਕਰਦੇ ਹਾਂ ਅਤੇ ਝੂੜਦੇ ਵੀ ਹਾਂ ਅਸੀਂ, ਹਾਂਜੀ, ਉਹਨਾਂ ਨੂੰ ਕਿਸ ਢੰਗ ਦੇ ਨਾਲ ਸਡੌਲ ਬਣਾਇਆ ਜਾ ਸਕਦਾ? ਸਾਡੇ ਕੋਲ ਸਭ ਤੋਂ ਵਧੀਆ ਢੰਗ ਹੈ, ਔਰ ਇਸ ਦੀ ਰੈਲੇਵੈਂਸੀ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਹੈ ਤੁਹਾਡੇ ਮਹੱਲੇ ਦੀ। ਤੁਹਾਡਾ ਕਹਿਣ ਦਾ ਮਤਲਬ ਹੈ ਅੱਜ ਬੱਚਿਆਂ ਨੂੰ ਕਲਾਸਾਂ ਲਗਾ ਕੇ ਗੱਤਕੇ ਦੀ ਵਿੱਦਿਆ ਜਾਂ ਹੋਰ ਜਿਹੜੀ ਵਿੱਦਿਆ ਵੱਲ ਪ੍ਰੇਰਨਾ ਕਰਨੀ ਚਾਹੀਦੀ ਹੈ, ਤਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਸ਼ੇ ਵੱਲੋਂ ਬਚ ਕੇ ਆਪਣੇ ਸਿੱਖੀ ਸਿਧਾਂਤਾਂ ਤੋਂ ਜਾਣੂ ਹੋ ਸਕੇ, ਆਪਣੇ ਸੱਭਿਆਚਾਰ ਤੋਂ ਜਾਣੂ ਹੋ ਸਕੇ। ਇੱਕ ਜਿਹੜਾ ਹੋਲੀ ਦਾ ਤਿਉਹਾਰ ਹੈ, ਇਹ ਵੀ ਦੇਸ਼ ਭਰ ਦੇ ਵਿੱਚ ਵੱਡੀ ਸੰਖਿਆ ਦੇ ਵੱਲੋਂ ਜਿਹੜਾ ਮਨਾਇਆ ਜਾਂਦਾ, ਹਰ ਸਾਲ ਮਨਾਇਆ ਜਾਂਦਾ, ਵੱਖ ਵੱਖ ਤਰੀਕੇ ਨਾਲ ਮਨਾਇਆ ਜਾਂਦਾ, ਸਿੱਖ ਇੱਕ ਪਾਸੇ ਹੋਲਾ ਮਹੱਲਾ ਮਨਾਉਂਦੇ ਨੇ, ਦੂਜੇ ਪਾਸੇ ਹੋਲੀ ਮਨਾਈ ਜਾਂਦੀ ਹੈ, ਹੋਲੀ ਦਾ ਜਿਹੜਾ ਇਤਿਹਾਸ ਹੈ ਮੈਂ ਚਾਹੁੰਦਾ ਉਹ ਵੀ ਸਾਨੂੰ ਦੱਸੋ। ਕੀ ਇਤਿਹਾਸ ਦੇ ਵਿੱਚ ਜੀ ਹੋਲੀ ਦਾ ਕੋਈ ਮਹੱਤਵ ਨਹੀਂ ਹੈ, ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਗੋਂ ਗੱਲ ਸਾਨੂੰ ਇਹ ਸਮਝਾਈ ਅਤੇ ਇਹ ਸਿਖਾਈ, ਹੋਲੀ ਕਿੰਨੀ ਸੰਤ ਸੇਵਾ, ਸਤ ਸੰਗਤ ਕਰਨੀ, ਸੰਗਤ ਦੀ ਸੇਵਾ ਕਰਨੀ ਹੀ ਸਿੱਖ ਦੇ ਵਾਸਤੇ ਹੋਲੀ ਹੈ, ਹੋਰ ਕੁਛ ਨਹੀਂ ਹੈ। ਰੰਗ ਲਾਗਾ ਅਤੇ ਲਾਲ ਦੇਵ, ਜਿਸ ਦੇ ਨਾਲ ਜੀਵਨ 'ਤੇ ਖੁਸ਼ਹਾਲੀ ਆਉਂਦੀ ਹੈ, ਸਮੁੱਚੇ ਰੂਪ 'ਚ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ, ਉਹ ਰੰਗ ਲੱਗਦਾ ਹੈ ਜਿਹੜਾ ਰੰਗ ਕਦੀ ਫੇਡ ਨਹੀਂ ਹੁੰਦਾ, ਨਾ ਇਹ ਰੰਗ ਲਹਾਏ ਨਾ ਜਾਏ, ਹੈਂ, ਨਾ ਇਹ ਰੰਗ ਜਿਹੜਾ ਨਾ ਕਿਸੇ ਤਰ੍ਹਾਂ ਵੀ। ਅਸੀਂ ਇਹਨਾਂ ਦਿਨਾਂ ਵਿੱਚ ਖਾਸ ਤੌਰ 'ਤੇ ਸਾਡੀਆਂ ਸਟੇਜਾਂ ਤੋਂ ਇਹ ਬਚਨ ਆਖਿਆ ਜਾਂਦਾ, ਸੁਣਾਇਆ ਜਾਂਦਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਜੀ, ਹੈ ਨਾ, ਕਿਉਂ, ਸੱਚਾ ਰੱਤਾ ਸੱਚ ਜੀ। ਕਰਤਾਰ ਨਾਲ ਜੁੜ ਕੇ ਸਿੱਖ ਦੀ ਸੇਵਾ ਕਰਨੀ, ਸੰਗਤਾਂ ਦੀ ਸੇਵਾ ਕਰਨੀ, ਮਨੁੱਖਤਾ ਦੀ ਸੇਵਾ ਕਰਨੀ ਹੀ ਸਿੱਖ ਵਾਸਤੇ ਹੋਲੀ। ਪਰ ਜਿਹੜੇ ਅੱਜ ਕੱਲ੍ਹ ਹੋਰ ਰੰਗਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਤੁਸੀਂ ਕਿੰਨਾ ਕੁ ਜਾਇਜ਼ ਸਮਝਦੇ ਹੋ? ਜਦੋਂ ਵੀ ਹੋਲੀ ਆਉਂਦੀ ਹੈ ਵੱਖ ਵੱਖ ਢੰਗ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਰੰਗ ਸੁੱਟਦਾ ਹੈ, ਇੱਥੋਂ ਤੱਕ ਗੰਦਗੀ ਵੀ ਇੱਕ ਦੂਜੇ ਦੇ ਉੱਪਰ ਸੁੱਟੀ ਜਾਂਦੀ ਹੈ। ਗੱਲ ਇਹ ਹੈ ਕਿ ਸਤਿਗੁਰੂ ਮਹਾਰਾਜ ਨੇ ਇਹਨਾਂ ਕਮਜ਼ੋਰ ਬਿਰਤੀਆਂ ਤੋਂ ਤਾਂ ਸਾਨੂੰ ਉਠਾਇਆ ਵੀ ਤੁਸੀਂ ਇਹ ਕਮਜ਼ੋਰ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਸਾਡੇ ਸਮਾਜ ਵਿੱਚ ਆਲੇ ਦੁਆਲੇ ਹੈਗੀਆਂ ਨੇ, ਤੁਸੀਂ ਉਹਨਾਂ ਹਰਕਤਾਂ ਦਾ ਤਿਆਗ ਕਰੋ ਅਤੇ ਆਦਰਸ਼ਕ ਜੀਵਨ ਦੇ ਤੁਸੀਂ ਧਾਰਨੀ ਬਣ ਕੇ ਚੱਲੋ ਜੀ। ਔਰ ਜੋ ਆਦਰਸ਼ ਦਿੱਤਾ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਮੈਂ ਤੁਹਾਡੇ ਸਨਮੁੱਖ ਆਖਿਆ, ਹਾਂਜੀ। ਹੁਣ ਭਾਈ ਨੰਦ ਲਾਲ ਸਾਹਿਬ ਹੋਰਾਂ ਦੀ ਇੱਕ ਗੱਲ ਬੜੀ ਪ੍ਰਸਿੱਧ ਹੈ, ਪ੍ਰਚਲਿਤ ਹੈ, ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਆਖੀ, ਸੰਗਤ ਦਾ ਬੜਾ ਭਾਰੀ ਇਕੱਠ ਅਨੰਦਪੁਰ ਸਾਹਿਬ ਦੇ ਮੁਕਾਮ 'ਤੇ, ਅਤੇ ਭਾਈ ਸਾਹਿਬ ਹੋਰੀ ਆਏ ਨੇ ਅਤੇ ਸੰਗਤ ਦੇ ਦਰਸ਼ਨ ਕਰਕੇ ਖਿੜ ਗਏ ਜੀ, ਹਾਂਜੀ।
ਅਤੇ ਖਿੜਿਆ ਹੋਇਆਂ ਨੂੰ ਸਤਿਗੁਰੂ ਮਹਾਰਾਜ ਵੀ ਖਿੜੇ 'ਚ ਆ ਕੇ ਕਹਿੰਦੇ ਨੇ ਮੰਗ ਲਓ ਫਿਰ ਅੱਜ ਕੀ ਮੰਗਦੇ ਹੋ ਤੁਸੀਂ। ਅਤੇ ਭਾਈ ਸਾਹਿਬ ਹੋਰਾਂ ਨੇ ਜਿਹੜਾ ਬਚਨ ਆਖਿਆ ਫਿਰ ਉਹਨਾਂ ਲੇਟਰ ਗਜ਼ਲ ਦੇ ਵਿੱਚ ਆਖਿਆ, ਕਹਿਣ ਲੱਗੇ ਸ਼ਬਦ ਕੁਰਬਾਨ ਖਾਕ ਰਾਹੇ ਸੰਗਤ ਦਿਲੇ ਗੋਇਆ ਹਮੀਰ ਆਰਜ਼ੂ ਕਰਦਾ, ਮੈਂ ਤੇਰੇ ਸੰਗਤ ਦੇ ਰਾਹਾਂ ਦੀ ਧੂੜ ਤੋਂ ਕੁਰਬਾਨ ਹੋ ਜਾਵਾਂ। ਇਹ ਸੰਗਤ ਜਿਹੜੀ ਤੇਰੇ ਸ਼ਬਦ ਨਾਲ ਜੁੜੀ ਹੋਈ ਹੈ, ਹਾਂਜੀ, ਜਿਹੜੀ ਤੇਰੇ ਪਿਆਰ ਦੇ ਵਿੱਚ ਐਂ ਜੂਝ ਰਹੀ ਹੈ, ਮੈਂ ਇਹਨਾਂ ਦੀ ਧੂੜ ਤੋਂ ਕੁਰਬਾਨ ਹੋ ਜਾਵਾਂ। ਭਾਈ ਸਾਹਿਬ ਕਹਿੰਦੇ ਨੇ ਕੁਝ, ਗੁਰੂ ਸਾਹਿਬ ਕਹਿਣ ਲੱਗੇ ਕੁਝ ਹੋਰ, ਕਹਿੰਦੇ ਨੇ ਨਹੀਂ, ਦਿਲੇ ਗੋਇਆ ਹਮੀਰਾ ਆਰਜ਼ੂ ਕਰਦ, ਮੈਂ ਹੋਰ ਮੰਗ ਹੀ ਕੋਈ ਨਹੀਂ ਕਰਦਾ, ਮੇਰੀ ਇਹ ਮੰਗ ਹੈ ਸਿਰਫ। ਇਸ ਲਈ ਕੋਈ ਕੀ ਕਰਦਾ ਹੈ, ਆਲਾ ਦੁਆਲਾ ਕੀ ਕਰਦਾ ਹੈ, ਸਾਨੂੰ ਆਪਣਾ ਧਿਆਨ ਉੱਧਰ ਲਿਜਾਣ ਦੀ ਲੋੜ ਨਹੀਂ। ਠੀਕ ਹੈ, ਜੇ ਅਸੀਂ ਬਾਬਾਣੀਆਂ ਕਹਾਣੀਆਂ ਦੀ ਗੱਲ ਕਰਨੀ ਤਾਂ ਬਾਬੇ ਦੀਆਂ ਕਹਾਣੀਆਂ ਤਾਂ ਫਿਰ ਇਹ ਹੀ ਹੈ। ਬਿਲਕੁਲ, ਸਿੱਖ ਇਤਿਹਾਸ ਦੇ ਵਿੱਚੋਂ ਜਿਹੜੀਆਂ ਗੁਰੂ ਸਾਹਿਬ ਨੇ ਆਪਣਾ ਜੀਵਨ ਸਾਨੂੰ ਦਿਖਾਇਆ ਹੈ ਜੀ ਕਿ ਉਸ ਦੇ ਮੁਤਾਬਕ ਅਤੇ ਉਹਨਾਂ ਦੀ ਗੁਰਬਾਣੀ ਦੇ ਮੁਤਾਬਕ ਹੀ ਸਿੱਖ ਨੇ ਚੱਲਣਾ। ਇੱਕ ਸਵਾਲ ਹੋਰ ਜਿਹਨ ਦੇ ਵਿੱਚ ਉੱਠਦਾ ਹੈ, ਆਮ ਤੌਰ 'ਤੇ ਜਦੋਂ ਵੀ ਹੋਲੀ ਦਾ ਤਿਉਹਾਰ ਆਉਂਦਾ ਹੈ, ਹੋਲੇ ਮਹੱਲੇ ਦਾ ਤਿਉਹਾਰ ਆਉਂਦਾ ਹੈ, ਉਸ ਸਮੇਂ ਰਾਗੀ ਸਿੰਘਾਂ ਦੇ ਵੱਲੋਂ ਹੋਲੀ ਕਿੰਨੀ ਸੰਤ ਸੇਵ ਸ਼ਬਦ ਜਿਹੜਾ ਹੈ ਉਹ ਵਿਸ਼ੇਸ਼ ਤੌਰ 'ਤੇ ਪੜਿਆ ਜਾਂਦਾ ਹੈ, ਕਿ ਉਹ ਹੋਲੀ ਸਮੇਂ ਪੜਿਆ ਜਾਣਾ ਚਾਹੀਦਾ, ਅੱਗੋਂ ਪਿੱਛੋਂ ਨਹੀਂ ਪੜਿਆ ਜਾਣਾ ਚਾਹੀਦਾ, ਕਿੰਨਾ ਕੁ ਜਾਇਜ਼ ਹੈ ਕੇਵਲ ਹੋਲੀ ਦੇ ਵਕਤ ਹੀ ਉਸਨੂੰ? ਆਜ ਹਮਾਰਾ ਮੰਗਲ ਚਾਰ, ਇੱਥੋਂ ਸ਼ਬਦ ਸ਼ੁਰੂ ਹੁੰਦਾ, ਗੁਰ ਸੇਵੋ ਕਰ ਨਮਸਕਾਰ, ਆਜ ਹਮਾਰਾ ਮੰਗਲ ਚਾਰ, ਆਜ ਹਮਾਰਾ ਬਣੇ ਆਨੰਦ, ਹਾਂਜੀ ਜੀ, ਆਜ ਹਮਾਰਾ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤੇ ਲਾਲ ਦੇਵ ਮੰਤਨ ਮੌਲਿਓ ਅਤੇ ਅਨੂਪ। ਮੈਂ ਤੁਹਾਨੂੰ ਇਹ ਮੁੱਢਲੀਆਂ ਪੰਕਤੀਆਂ ਸੁਣਾਈਆਂ ਜੀ ਜੀ, ਉਹਦੇ ਵਿੱਚ ਕਿਤੇ ਨਾ ਤਾਂ ਫੱਗਣ ਮਹੀਨੇ ਦੇ ਕੋਈ ਜ਼ਿਕਰ ਹੈ, ਕੋਈ ਨਾ ਚੇਤਰ ਮਹੀਨੇ ਦਾ ਜ਼ਿਕਰ ਹੈ, ਨਾ ਕਿਸੇ ਹੋਰ ਹੋਲੀ ਦਾ ਜ਼ਿਕਰ ਹੈ। ਸੰਤ ਸੇਵ ਨੂੰ ਜਦੋਂ ਹੋਲੀ ਮੰਨਿਆ, ਸੰਗਤ ਸੇਵਾ, ਮਨੁੱਖਤਾ ਦੀ ਸੇਵਾ ਨੂੰ ਜਦੋਂ ਹੋਲੀ ਮੰਨ ਲਿਆ, ਅਤੇ ਫਿਰ ਮਨੁੱਖਤਾ ਦੀ ਸੇਵਾ ਦਾ ਤਾਂ ਕੋਈ ਸਮਾਂ ਨਹੀਂ ਨਾ ਹੁੰਦਾ, ਕੋਈ ਰੁੱਤ ਨਹੀਂ ਹੁੰਦੀ। ਸਤਿਗੁਰਾਂ ਨੇ ਰੁੱਤਾਂ ਵਿੱਚੋਂ ਕੱਢ ਕੇ ਸਾਡੀ ਬਿਰਤੀ ਨੂੰ ਉੱਚੇ ਲੈ ਗਏ, ਬਈ ਤੁਸੀਂ ਨਾ ਕੇਵਲ ਇੱਕ ਮੌਕੇ ਨਾਲ ਨਾ ਜੁੜੇ ਰਹੋ, ਬਲਕਿ ਇਸ ਮੌਕੇ ਵਾਲਾ ਜਿਹੜਾ ਰੰਗ ਹੈ ਉਹ ਸਦਾ ਹੀ ਤੁਹਾਡੇ ਜੀਵਨ ਵਿੱਚ ਬਣਿਆ ਰਹੇ, ਇਹ ਚਾਹਿਆ ਸਤਿਗੁਰਾਂ ਨੇ ਜੀ ਜੀ। ਇੱਕ ਸਵਾਲ ਹੋਰ ਹੈ, ਜਦੋਂ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਆਮ ਤੌਰ 'ਤੇ ਸੰਗਤ ਤਾਂ ਦੇਸ਼ ਵਿਦੇਸ਼ ਦੇ ਵਿੱਚੋਂ ਨਤਮਸਤਕ ਹੋਣ ਲਈ ਮੱਥਾ ਟੇਕਣ ਲਈ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੀ ਹੈ, ਪਰ ਨਾਲ ਨਾਲ ਇਸ ਦੇ ਰਾਜਨੀਤਿਕ ਲੀਡਰਾਂ ਦੇ ਵੱਲੋਂ ਜਿਹੜੇ ਆ ਉਹ ਰਾਜਨੀਤਿਕ ਜਲਸੇ ਵੀ ਕੀਤੇ ਜਾਂਦੇ ਨੇ, ਰਾਜਨੀਤਿਕ ਜਿਹੜੀਆਂ ਸਭਾਵਾਂ ਉਹ ਵੀ ਲਗਾਈਆਂ ਜਾਂਦੀਆਂ ਨੇ, ਸਟੇਜਾਂ ਲਗਾਈਆਂ ਜਾਂਦੀਆਂ ਨੇ, ਉਹ ਕਿੰਨੀਆਂ ਕੁ ਜਾਇਜ਼ ਨੇ ਇਹੋ ਜਿਹੇ ਮੌਕਿਆਂ ਦੇ ਉੱਪਰ ਸਟੇਜਾਂ ਲਗਾਉਣੀਆਂ ਰਾਜਨੀਤਿਕ ਲੀਡਰਾਂ ਦੇ ਵੱਲੋਂ? ਪੂਰੀਆਂ ਜਾਇਜ਼ ਨੇ, ਮੁਕੰਮਲ ਰੂਪ 'ਚ ਜਾਇਜ਼ ਨੇ। ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖ ਨੂੰ ਸੰਤ ਸਿਪਾਹੀ ਬਣਾਇਆ, ਸਿਪਾਹੀ ਦਾ ਮਨੋਰਥ ਕੀ ਹੈ? ਰਾਜ ਕਰਨਾ ਨਹੀਂ ਹੈ, ਮਤਲਬ ਕਿ ਧਰਮ ਅਤੇ ਰਾਜਨੀਤੀ ਨੂੰ ਅਲੱਗ ਅਲੱਗ ਨਹੀਂ ਕੀਤਾ ਗੁਰੂ ਸਾਹਿਬ ਨੇ, ਧਰਮ ਅਤੇ ਰਾਜਨੀਤੀ ਨੂੰ ਇਕੱਠੇ ਜੋੜਿਆ। ਬਿਲਕੁਲ, ਜਦੋਂ ਉਹਨੂੰ ਅੰਮ੍ਰਿਤ ਛਕਾ ਕੇ ਕਿਰਪਾਨ ਤੁਹਾਡੇ ਗਾਤਰੇ ਪਾ ਦਿੱਤੀ ਅਤੇ ਤੁਸੀਂ ਇਹਨੂੰ ਦੋ ਕਿਵੇਂ ਕਰਕੇ ਚੱਲ ਸਕਦੇ ਹੋ? ਲੋੜ ਸਿਰਫ ਨਾ ਇੱਕ ਜੁਗਤੀ ਦੀ ਹੈ ਕਿ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਜਿਸ ਮੌਕੇ 'ਤੇ ਅਸੀਂ ਆਏ ਹਾਂ ਅਸੀਂ ਉਸ ਮੌਕੇ ਦੀ ਗੱਲ ਤਾਂ ਕਰੀਏ ਨਾ। ਬਿਲਕੁਲ, ਰਾਜਨੀਤਿਕ ਜਿਹੜੀਆਂ ਸਟੇਜਾਂ ਨੇ, ਜਿਵੇਂ ਅਕਸਰ ਇੱਥੇ ਹੈ ਹੀ ਹੈ ਅਨੰਦਪੁਰ ਸਾਹਿਬ, ਰਾਜਨੀਤਿਕ ਸਟੇਜਾਂ ਅਲੱਗ ਲੱਗਦੀਆਂ ਨੇ ਔਰ ਲੱਗਣੀਆਂ ਚਾਹੀਦੀਆਂ ਨੇ ਅਵਸ਼ ਸਟੇਜਾਂ ਲੱਗਣੀਆਂ ਚਾਹੀਦੀਆਂ, ਪਰ ਜਿਹੜਾ ਚਿੱਕੜ ਸੁੱਟਿਆ ਜਾਂਦਾ ਇੱਕ ਦੂਜੇ ਦੇ ਉੱਪਰ, ਉਸ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਮੈਂ ਜੁਗਤ ਆਖਿਆ ਨਾ ਜੀ ਜੀ, ਬਿਲਕੁਲ ਜੁਗਤ ਤਾਂ ਲੈ ਕੇ ਚੱਲਣੀ ਚਾਹੀਦੀ ਹੈ ਨਾ, ਬਈ ਅਸੀਂ ਸਤਿਗੁਰਾਂ ਦੇ ਦਰ 'ਤੇ ਆਏ ਹੋਏ ਹਾਂ ਨਤਮਸਤਕ ਹੋਣ ਵਾਸਤੇ, ਨਮਸਕਾਰ ਕਰਨ ਵਾਸਤੇ, ਸਾਰੇ ਸਿੱਖ ਇੱਥੇ ਨਮਸਕਾਰ ਕਰਨ ਵਾਸਤੇ ਆਏ ਹੋਏ ਨੇ। ਅਸੀਂ ਜਿਹੜੀ ਗੁਰੂ ਕੇ ਆਦਰਸ਼ਕ ਰਾਜਨੀਤਿਕ ਬਾਤ ਹੈ ਜੀ, ਗੁਰੂ ਦੇ ਆਦਰਸ਼ਾਂ ਨੂੰ ਪੂਰਿਆਂ ਕਰਨ ਵਾਲੀ ਜਿਹੜੀ ਰਾਜਨੀਤਿਕ ਗੱਲ ਹੈ, ਅਸੀਂ ਉਹ ਅਵਸ਼ ਕਰੀਏ, ਉਸ ਦੀ ਪੂਰਤੀ ਕਿਵੇਂ ਹੋ ਸਕਦੀ ਹੈ, ਅਸੀਂ ਉਸ ਦਾ ਵੀ ਧਿਆਨ ਰੱਖੀਏ। ਵਿਸ਼ੇਸ਼ ਤੌਰ 'ਤੇ ਜਿਹੜਾ ਹੋਲਾ ਮਹੱਲਾ ਦਾ ਤਿਉਹਾਰ ਹੈ, ਇਸ ਤੋਂ ਸਾਨੂੰ ਕੀ ਪ੍ਰੇਰਣਾ ਲੈਣੀ ਚਾਹੀਦੀ ਹੈ? ਇਹੀ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਤਿਆਰ ਬਰਤਿਆਰ ਰਹਿਣਾ ਚਾਹੀਦਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ। ਸਾਡੇ ਨਾ ਬੋਲੀ ਵਿੱਚ ਸ਼ਬਦ ਆ ਗਿਆ ਚੜ੍ਹਦੀ ਕਲਾ ਜੀ, ਹੋਲਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਜਿਹੜਾ ਹੋਲੇ ਮਹੱਲੇ 'ਚ ਹਿੱਸਾ ਰਵੇਗਾ ਹੈ ਉਹ ਰੋਂਦੂ ਜਿਹਾ ਬਣਿਆ ਥੋੜ੍ਹਾ ਰਹਿ ਸਕਦਾ, ਜਲਾਲ ਵਿੱਚ ਰਹੇਗਾ ਨਾ, ਜਲਾਲ 'ਚ ਹੋਏਗਾ ਨਾ। ਬਸ ਇਹੀ ਹੈ ਮੈਸੇਜ, ਚੜ੍ਹਦੀ ਕਲਾ ਬਾਹਰੋਂ ਹੀ ਨਜ਼ਰ ਆਉਣੀ ਚਾਹੀਦੀ ਹੈ ਜਾਂ ਅੰਦਰੋਂ ਵੀ? ਕਿਹੜੀ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਹੋ? ਬਾਹਰੋਂ ਤਾਂ ਹੀ ਆਵੇਗੀ, ਅੰਦਰ ਹੈਗੀ ਤਾਂ, ਜੇ ਅੰਦਰੋਂ ਭੋਗ ਹੀ ਪਿਆ ਤਾਂ ਬਾਹਰ ਚੜ੍ਹਦੀ ਕਲਾ ਕੀ ਹੋਵੇਗੀ? ਬਾਹਰੋਂ ਚੜ੍ਹਦੀ ਕਲਾ ਆ ਸਕਦੀ ਹੈ, ਬਾਹਰ ਰੰਗ ਹੀ ਪਾਏ ਜਾ ਸਕਦੇ ਨੇ, ਬਾਹਰੋਂ ਚੜ੍ਹਦੀ ਕਲਾ ਨਹੀਂ ਲਿਆਂਦੀ ਜਾ ਸਕਦੀ। ਚੜ੍ਹਦੀ ਕਲਾ ਅੰਦਰ ਹੋਵੇਗੀ, ਹਿਰਦੇ ਵਿੱਚ, ਆਪੇ ਬਾਹਰ ਆਵੇਗੀ ਫਿਰ। ਅਤੇ ਚੜ੍ਹਦੀ ਕਲਾ ਅੰਦਰੋਂ ਸ਼ਬਦ ਨਾਲ ਜੁੜਿਆ ਹੋਵੇ, ਜਾਗਤ ਜੋਤ ਜਪੈ ਨਿਸ਼ਵਾਸੁਰ ਏਕ ਬਿਨਾ ਮਨ ਨਾਇਕ ਨਾ ਆਣੈ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋੜ ਮਣੀ ਮਟਭੂਲ ਨਾ ਮੰਨ। ਇਹਨਾਂ ਗੱਲਾਂ ਨੂੰ ਛੱਡ ਕੇ ਥੋੜ੍ਹਾ ਇੱਧਰ ਆ ਸਕਦਾ ਕੋਈ?
ਜਦੋਂ ਭੂਲ ਨਾ ਮੰਨਣ ਵਾਲੀ ਗੱਲ ਤੋਂ ਸੁਚੇਤ ਹੋਵੇਗਾ, ਜਿਵੇਂ ਤੁਸੀਂ ਆਖਿਆ ਵੀ ਅੰਦਰ ਚੜ੍ਹਦੀ ਕਲਾ ਹੋਵੇ ਤਦ ਹੀ ਹੈ ਨਾ ਜੀ ਜੀ, ਅੰਦਰ ਚੜ੍ਹਦੀ ਕਲਾ ਐਵੇਂ ਹੀ ਆ ਨਾ। ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਪਹਿਲਾਂ ਜਿਹੜੇ ਤਿਉਹਾਰ ਸੀਗੇ ਉਹ ਜਾਤ ਪਾਤ ਦੇ ਆਧਾਰ 'ਤੇ ਵੀ ਵੰਡੇ ਗਏ। ਬ੍ਰਾਹਮਣ ਦਾ ਕੋਈ ਹੋਰ ਤਿਉਹਾਰ ਹੈ, ਖੱਤਰੀ ਦਾ ਕੋਈ ਹੋਰ ਹੈ, ਵੈਸ਼ ਦਾ ਕੋਈ ਹੋਰ ਹੈ, ਸ਼ੂਦਰਾਂ ਨੂੰ ਹੋਲੀ ਦਾ ਦੇ ਦਿੱਤਾ ਗਿਆ। ਕੀ ਇਹ ਸੱਚ ਹੈ? ਹਾਂ, ਇਹ ਭਾਰਤੀ ਇਤਿਹਾਸ ਦਾ ਸੱਚ ਹੈ ਜਿਹੜਾ ਤੁਸੀਂ ਆਖਿਆ। ਲੇਕਿਨ ਭਾਰਤੀ ਇਤਿਹਾਸ ਦਾ ਇਹ ਵੀ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਡੇ ਵਨ ਤੋਂ ਲੈ ਕੇ ਜਦੋਂ ਸੰਗਤ ਕਾਇਮ ਕੀਤੀ ਹੈ ਤਾਂ ਉੱਥੇ ਕੋਈ ਵਰਨ ਵੰਡ ਰਹਿਣ ਹੀ ਨਹੀਂ ਦਿੱਤੀ। ਮੈਂ ਤਾਂ ਐਂ ਸਿੱਧੇ ਜਿਹੇ ਲਫਜ਼ਾਂ 'ਚ ਕਹਿੰਦਾ ਕਿ ਸਤਿਗੁਰਾਂ ਨੇ ਸਿੱਖੀ ਦਾ ਬੀਜ ਬੀਜਣ ਤੋਂ ਪਹਿਲਾਂ ਜੀ ਵਰਨ ਵੰਡ ਨੂੰ ਨਾ ਐਂ ਹਲ ਵਾਹ ਵਾਹ ਕੇ ਵਾਹ ਵਾਹ ਕੇ ਅਤੇ ਸੁਹਾਗਾ ਫੇਰ ਫੇਰ ਕੇ ਕੋਈ ਮਾੜਾ ਮੋਟਾ ਜਿਹੜਾ ਅਟਕਾ ਹੈ ਇੱਟ ਰੋੜਾ ਹੈ ਉਹ ਸਭ ਕੱਢ ਦਿੱਤੇ। ਉੱਥੇ ਫਿਰ ਸਿੱਖੀ ਦਾ ਬੀਜ ਬੀਜਿਆ। ਠੀਕ ਆ ਜੀ, ਫਰੋਮ ਦੀ ਵੈਰੀ ਬਿਗਨਿੰਗ ਸਤਿਗੁਰਾਂ ਨੇ ਸੰਗਤ ਵਿੱਚ ਕੋਈ ਫਰਕ ਨਹੀਂ ਰੱਖਿਆ, ਪੰਗਤ ਵਿੱਚ ਕੋਈ ਫਰਕ ਨਹੀਂ ਰੱਖਿਆ, ਸਰੋਵਰ ਇਸ਼ਨਾਨ ਵਿੱਚ ਕੋਈ ਫਰਕ ਨਹੀਂ ਰੱਖਿਆ, ਹੈ ਨਾ। ਤਾਂ ਫਿਰ ਹੋਲਾ ਮਹੱਲਾ ਵੀ ਤਾਂ ਜਦੋਂ ਸਾਰੇ ਰਲ ਕੇ ਹੀ ਚੱਲਦੇ ਪਏ ਨੇ। ਇੱਥੇ ਤਾਂ ਇਹ ਜਾਤ ਪਾਤ ਦੀ ਕੋਈ ਵਰਨ ਵੰਡ ਦਾ ਗੱਲ ਜ਼ਿਕਰ ਕਰਨਾ ਹੀ ਐਵੇਂ ਫਜ਼ੂਲ ਜਿਹਾ। ਕਿਵੇਂ ਮਨਾਇਆ ਜਾਣਾ ਚਾਹੀਦਾ ਹੋਲਾ ਮਹੱਲਾ, ਕਿਸ ਢੰਗ ਦੇ ਨਾਲ ਮਨਾਇਆ ਜਾਣਾ ਚਾਹੀਦਾ? ਸ਼ਸਤਰ ਅਭਿਆਸ ਵਾਲੀ ਗੱਲ 'ਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਜੀ, ਔਰ ਸਿੱਖ ਸੰਗਤਾਂ ਨੂੰ ਹਰ ਵੇਲੇ ਤਿਆਰ ਬਰਤਿਆਰ ਰਹਿਣ ਵਾਸਤੇ ਵੀ ਆਦੇਸ਼ ਦੇਣਾ ਚਾਹੀਦਾ, ਸਾਨੂੰ ਸਿਹਤ ਦੇਣੀ ਚਾਹੀਦੀ ਹੈ। ਠੀਕ ਹੈ, ਅਤੇ ਇਹ ਰੰਗਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ, ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ। ਜਿਹੜੇ ਸਿੰਘ ਯੋਧੇ ਹੁੰਦੇ ਸਨ ਬਾਣੀ ਪੜ੍ਹਦੇ ਰਹਿੰਦੇ ਸਨ, ਹਰ ਵੇਲੇ ਘੋੜ ਸਵਾਰ ਹੋਇਆ ਵੀ ਜੰਗਾਂ ਯੁੱਧਾਂ ਵਿੱਚ ਵੀ ਹਰ ਵੇਲੇ ਬਾਣੀ ਨਹੀਂ ਪੜ੍ਹਦੇ ਹੁੰਦੇ ਸਨ ਜੀ ਜੀ। ਇਸ ਤਰ੍ਹਾਂ ਕਰਕੇ ਅੱਜ ਦਾ ਸਿੱਖ ਸ਼ਬਦ ਨਾਲ ਵੀ ਜੁੜਿਆ ਰਹੇ ਔਰ ਸ਼ਸਤਰ ਨਾਲ ਵੀ ਜੁੜਿਆ ਰਹੇ, ਇਹ ਸੰਦੇਸ਼ ਹੈ ਹੋਲੇ ਮਹੱਲੇ ਦਾ। ਮਤਲਬ ਕਿ ਗੁਰਬਾਣੀ ਵੀ ਜਿਹੜੀ ਆ ਉਹ ਵੀ ਪੜ੍ਹੇ, ਸ਼ਸਤਰ ਵਿੱਦਿਆ ਦੇ ਨਾਲ ਵੀ ਜੁੜੇ, ਬਿਲਕੁਲ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਜਿਹੜਾ ਹੈ ਉਹ ਆਪਣੇ ਜੀਵਨ ਦੇ ਵਿੱਚ ਲਾਗੂ ਕਰੇ। ਬਿਲਕੁਲ ਇਸ ਢੰਗ ਦੇ ਨਾਲ ਜਿਹੜਾ ਹੋਲਾ ਮਹੱਲਾ ਮਨਾਇਆ ਜਾਣਾ ਚਾਹੀਦਾ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ, ਲਗਾਤਾਰ ਕੀਰਤਨ ਚੱਲਦਾ ਸੀ। ਅੱਜ ਜਿਹੜਾ ਹੈ ਉਸ ਪਾਸੇ ਵੱਲ ਧਿਆਨ ਹਟ ਕੇ ਕੇਵਲ ਬਾਹਰੀ ਵਿਖਾਵੇ 'ਤੇ ਰਹਿ ਗਿਆ, ਰੰਗਾਂ ਦੇ ਉੱਪਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ, ਵਿਖਾਵਿਆਂ ਦੇ ਉੱਪਰ ਉਹ ਜਿਹੜੀ ਚੀਜ਼ ਹੈ ਸਿਧਾਂਤਾਂ ਵਾਲੀ ਉਹ ਅਸੀਂ ਭੁੱਲਦੇ ਜਾ ਰਹੇ ਹਾਂ। ਹਾਂ ਨਹੀਂ, ਦੇਖੋ ਗੱਲ ਇਹ ਹੈ, ਭਾਈ ਸਾਹਿਬ ਹੋਰਾਂ ਗੁਰਦਾਸ ਜੀ ਹੋਰਾਂ ਨੇ ਜਦ 6ਵੇਂ ਪਾਤਸ਼ਾਹ ਨੇ ਮੀਰੀ ਪੀ ਸ਼ਸਤਰ ਧਾਰਨ ਕੀਤੇ ਨੇ ਅਤੇ ਲੋਕਾਂ ਵਿੱਚ ਸਿੱਖਾਂ ਵਿੱਚ ਉੱਠਦੇ ਹੋਏ ਸੰਦੇਸ਼ਾਂ ਨੂੰ ਸੰਸਿਆਂ ਨੂੰ ਦੂਰ ਇਹਨਾਂ ਲਫਜ਼ਾਂ ਨਾਲ ਕੀਤਾ ਕਿ ਦੇਖੋ ਭਾਈ ਖੇਤ ਵਿੱਚ ਬੜਾ ਸੋਹਣਾ ਕੁਝ ਬੀਜਿਆ ਹੋਇਆ ਹੋਵੇ, ਬਾਗ ਵਿੱਚ ਬੜਾ ਸੋਹਣਾ ਬੀਜਿਆ ਹੋਵੇ ਅਤੇ ਉਹਨੂੰ ਵਾੜ ਦੀ ਲੋੜ ਹੁੰਦੀ ਹੈ ਨਾ। ਜੀ ਜੀ ਜੀ, ਸਤਿਗੁਰਾਂ ਨੇ ਸ਼ਸਤਰ ਪਹਿਨ ਕੇ ਸ਼ਸਤਰ ਪਹਿਨਾ ਕੇ ਉਹ ਕਾਰਜ ਕੀਤਾ ਹੈ ਵਾੜ ਕਰਨ ਵਾਲਾ। ਲੇਕਿਨ ਭਾਈ ਸਾਹਿਬ ਜੀ ਦੇ ਕਹਿਣ ਦੇ ਅਨੁਸਾਰ ਸਾਨੂੰ ਧਿਆਨ ਰੱਖਣਾ ਚਾਹੀਦਾ ਨਾ, ਬਈ ਅਸੀਂ ਵਾੜ ਹੀ ਵਾੜ ਕਰੀ ਜਾਈਏ, ਵਾੜ ਹੀ ਵਾੜ ਹੋਵੇ ਅਤੇ ਬਾਗ ਵਿੱਚ ਬੀਜਿਆ ਕੁਝ ਵੀ ਨਾ ਹੋਵੇ, ਅਤੇ ਵਾੜ ਵਾੜ ਦਾ ਕੋਈ ਅਰਥ ਹੈਗਾ? ਵਾੜ ਤਾਂ ਇਸ ਕਰਕੇ ਕੀਤੀ ਜਾਂਦੀ ਤਾਂ ਕਿ ਜਾਨਵਰ ਜਿਹੜੇ ਆ ਉਜਾੜਾ ਨਾ ਕਰ ਸਕਣ, ਜਿਹੜਾ ਬਾਗ ਹੈ ਉਸ 'ਤੇ ਉਜਾੜਾ ਨਾ ਪਵੇ। ਠੀਕ ਆ, ਤਾਂ ਹਰ ਸਿੱਖ ਸ਼ੁਭ ਗੁਣਾਂ ਦਾ ਧਾਰਨੀ ਹੋਵੇ ਜਿਹੜੇ ਕਿ ਸ਼ਬਦ ਨਾਲ ਜੁੜ ਕੇ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ, ਔਰ ਨਾਲ ਹੀ ਨਾਲ ਸ਼ਸਤਰ ਦਾ ਧਾਰਨੀ ਵੀ ਹੋਵੇ ਕਿ ਲੋੜ ਪੈਣ 'ਤੇ ਜਿਹੜਾ ਸਾਡੇ ਇਹਨਾਂ ਸ਼ੁਭ ਗੁਣਾਂ ਦੇ ਪ੍ਰਗਟਾ ਦੇ ਵਿੱਚ ਆ ਕੇ ਟਾਂਗੜ ਆਏ ਜੀ, ਜਦ ਸੋਧਿਆ ਵੀ ਜਾ ਸਕੇ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਫਰਨਾਮਾ ਦੇ ਵਿੱਚ ਜੀ ਦੱਸਿਆ ਵੀ, ਹਾਂ ਝੂੰਕਾਰ ਅਜ਼ਹਮਾ ਹੀਰ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਤੁਸੀਂ ਇਸ ਦੀ ਵਿਆਖਿਆ ਖੋਲ੍ਹ ਕੇ ਕਰ ਦਿਓ ਤਾਂ ਕਿ ਸੰਗਤ ਨੂੰ ਪਤਾ ਲੱਗ ਜਾਵੇ। ਸਤਿਗੁਰਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਇਹ ਵੀ ਆਖਿਆ, ਝੂੰਕਾਰ ਅਜ਼ਹਮਾ ਹੀਲ ਤੇ ਦਰਗੁਜ਼ਸ਼ਤ ਜੀ। ਜਦੋਂ ਸਾਰੇ ਨਾ ਐਂ ਕਹਿ ਲਓ ਵੀ ਅਸੀਂ ਸੌਖੇ ਜਿਹੇ ਲਫਜ਼ਾਂ 'ਚ ਅਰਥ ਕਰ ਲੈਂਦੇ ਹੁੰਦੇ ਹਾਂ ਵੀ ਹੀਲੇ ਬਹਾਨੇ ਜਦੋਂ ਸਾਰੇ ਵਸੀਲੇ ਜਿਹਾ ਲੰਘ ਜਾਣ ਨਾ ਕੋਈ ਪਿਆਰ ਨਾਲ ਸੁਣੇ, ਹਾਂਜੀ, ਅਤੇ ਹੀਲਾ ਸ਼ਬਦ ਵਰਤਿਆ ਜਾਂਦਾ ਬਹਾਨਾ ਜੀ, ਹੈਂ ਸਿੱਧੇ ਢੰਗ ਨਾਲ ਨਹੀਂ ਤਾਂ ਥੋੜ੍ਹੀ ਜਿਹੀ ਯਾਰ ਟੇਢੀ ਮੇਢੀ ਗੱਲ ਕਰਕੇ ਜੇ ਵੇਲਾ ਟਪਾਇਆ ਜਾ ਸਕਦਾ ਹੈ, ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਤਾਂ ਕਰ ਲਓ। ਲੇਕਿਨ ਜੇ ਕਿਸੇ ਢੰਗ ਦੇ ਨਾਲ ਵੀ ਨਹੀਂ ਹੈ, ਹਾਂਜੀ, ਫਿਰ ਹਲਾਲ ਅਸਤ, ਹਲਾਲ ਅਸਤ ਹੁੰਦਾ ਹੈ ਧਰਮ ਅਨੁਸਾਰ ਹੀ, ਧਰਮ ਦੇ ਅਨੁਸਾਰ ਹੈ, ਜਿਹਨੂੰ ਕਹਿੰਦੇ ਫਿਰ ਜਾਇਜ਼ ਹੈ। ਕੀ ਹਲਾਲ ਅਸਤ? ਬਸ ਸ਼ਮਸ਼ੀਰ ਦਸਤ, ਸ਼ਮਸ਼ੀਰ ਸ਼ਬਦ ਵੀ ਕਹਿ ਲੈਂਦੇ ਨੇ, ਸ਼ਮਸ਼ੇਰ ਸ਼ਬਦ ਵੀ ਕਹਿ ਲੈਂਦੇ ਨੇ, ਭਾਵ ਹੈ ਤਲਵਾਰ। ਬੁਰਦਨ, ਬੁਰਦਨ ਹੁੰਦਾ ਪਕੜਨਾ, ਹਲਾਲ ਅਸਤ ਬੁਰਦਨ ਬਸ ਸ਼ਮਸ਼ੀਰ ਦਸਤ, ਦਸਤ ਮੈਂ ਨਾ ਹੱਥ ਵਿੱਚ ਪਕੜਨਾ ਸ਼ਮਸ਼ੀਰ ਨੂੰ, ਭਾਵ ਫਿਰ ਤਲਵਾਰ ਚਲਾਉਣੀ ਸ਼ਸਤਰ ਉਠਾਉਣਾ ਫਿਰ ਜਾਇਜ਼ ਹੈ, ਫਿਰ ਧਰਮ ਅਨੁਸਾਰ ਹੀ ਹੈ। ਪਰ
ਹੁਣ ਫਿਰ ਇਹ ਗੱਲ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਵੀ ਪਹਿਲਾਂ ਸਾਰੇ ਹੀਲੇ ਬਹਾਨੇ ਲੰਘ ਗਏ ਨੇ ਅਤੇ ਅਸੀਂ ਹੁਣ ਤਲਵਾਰ ਉਠਾਈਏ ਕਿ ਅਸੀਂ ਐਵੇਂ ਕਿ ਇੱਕ ਨੂੰ ਤਲਵਾਰਾਂ ਮਾਰਨ ਲੱਗ ਪਈਏ। ਸੁਚੇਤ ਰਹਿਣ ਦੀ ਲੋੜ ਹੈ ਜੀ, ਬਿਲਕੁਲ। ਇਹ ਲਾਸਟ ਰਿਸੋਰਟ ਹੈ, ਮੈਦਾਨੇ ਜੰਗ ਵਿੱਚ ਕਿਸੇ ਨੂੰ ਵੰਗਾਰਨਾ ਹੈ ਅਤੇ ਆਖਣਾ ਵੀ ਆਹ ਹੁਣ ਗੱਲ ਕਰ, ਇਸ ਤਰ੍ਹਾਂ ਗੱਲ ਕਰ, ਇਹ ਲਾਸਟ ਰਿਸੋਰਟ ਹੈ ਜਦੋਂ ਹੋਰ ਬਾਕੀ ਸਾਰਾ ਕੁਛ ਨਾ ਰਹਿ ਜਾਵੇ। ਫਿਰ ਹੱਥ ਦੇ ਵਿੱਚ ਸਤਿਗੁਰਾਂ ਨੇ ਆਖਿਆ ਇਸ ਲਾਸਟ ਰਿਸੋਰਟ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇੱਕ ਮੈਨੂੰ ਸ਼ੇਰ ਯਾਦ ਆਇਆ, ਕਹਿਣ ਲੱਗੇ ਕਾਸ਼ ਇਹ ਮਿਸਰਾ ਹਰ ਦਰੋ ਦੀਵਾਰ ਹੋ ਜਾਏ। ਇਹ ਮਿਸਰਾ, ਇਹ ਲਫਜ਼ ਹਰ ਦਰਵਾਜ਼ੇ 'ਤੇ ਡਾਟ 'ਤੇ ਲਿਖ ਦਿੱਤੇ ਜਾਣ, ਹੈਂ, ਕਾਸ਼ ਇਹ ਮਿਸਰਾ ਹਰ ਦਰੇ ਦੀਵਾਰ ਹੋ ਜਾਏ, ਜਿਸੇ ਜੀਣਾ ਹੋ ਮਰਨੇ ਕੇ ਲੀਏ ਤਿਆਰ ਹੋ ਜਾਏ। ਇਸ ਲਈ ਹਰ ਕੋਈ ਜਿਉਣਾ ਜਿਉਣਾ ਚਾਹੁੰਦਾ, ਲੇਕਿਨ ਜੇ ਜਿਉਣ ਦੀ ਕੀਮਤ ਮਰਨ ਹੋਵੇ ਤਾਂ ਫਿਰ ਗਾਤਰੀ ਸ਼ਸਤਰ ਵੀ ਰੱਖਣਾ ਚਾਹੀਦਾ ਹੈ ਜੀ। ਤੁਸੀਂ ਬਹੁਤ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਹੋਲਾ ਮਹੱਲਾ ਦੇ ਸੰਬੰਧ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਖੁਸ਼ੀ ਹੋਈ ਹੈ ਤੁਸਾਂ ਨੇ ਪਿਆਰ ਨਾਲ ਸੱਦਿਆ, ਅਰੇ ਆਪਣੇ ਸਾਰੇ ਦਰਸ਼ਕਾਂ ਦੇ ਨਾਲ ਮਿਲਾਇਆ, ਸਾਂਝ ਪੁਆਈ। ਮੈਂ ਗਲੋਬਲ ਟੀਵੀ ਦਾ, ਪੰਜਾਬ ਟੀਵੀ ਦਾ ਅਤੇ ਹੋਰਨਾਂ ਜਿਹੜੇ ਤੁਸੀਂ ਮਾਧਿਅਮ ਲੈ ਕੇ ਚੱਲ ਰਹੇ ਹੋ, ਮੈਂ ਤੁਹਾਨੂੰ ਮੁਬਾਰਕ ਦਿੰਦਾ ਔਰ ਮੈਂ ਕਾਮਨਾ ਕਰਦਾ ਮਹਾਰਾਜ ਤੁਹਾਨੂੰ ਸਫਲਤਾ ਬਖਸ਼ਣ। ਪਿਆਰੇ ਦਰਸ਼ਕੋ, ਇਹ ਸਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ, ਜੋ ਕਿ ਦੇਸ਼ ਵਿਦੇਸ਼ ਦੇ ਵਿੱਚ ਪ੍ਰਚਾਰ ਦੀਆਂ ਸੇਵਾਵਾਂ ਨਿਭਾਉਂਦੇ ਨੇ। ਇਹਨਾਂ ਨੇ ਅੱਜ ਬਵਾਣੀਆਂ ਕਹਾਣੀਆਂ ਦੇ ਵਿੱਚ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਹੋਲਾ ਮਹੱਲਾ ਕੀ ਹੈ, ਇਸ ਨੂੰ ਕਿਵੇਂ ਮਨਾਇਆ ਜਾਣਾ ਚਾਹੀਦਾ, ਲੋੜ ਹੈ ਹੋਲਾ ਮਹੱਲਾ ਦੀ ਮਹੱਤਤਾ ਨੂੰ ਸਮਝਣ ਦੀ। ਅੱਜ ਇੰਨਾ ਹੀ, ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਨਾਲ ਮਿਲਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।